ਤੱਕ ਸਭ ਤੋਂ ਕ੍ਰੇਜ਼ੀ ਫੈਨ ਮੂਮੈਂਟ ਕਿਹੜੀ ਸੀਗੀ ਤੁਹਾਡੀ? ਭਾਜੀ ਚੱਲਦਾ ਰਹਿੰਦਾ ਕੁਛ ਨਾ ਕੁਛ, ਬਟ ਇੱਕ ਵਾਰੀ ਮੇਰੇ ਨਾਲ ਬੜੀ ਵੀਅਰਡ ਜੀ ਚੀਜ਼ ਹੋਈ ਸੀ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਵੇਂ ਹੋ ਜਾਂਦਾ, ਬਟ ਮੈਂ ਪਿਕਚਰ ਕਲਿੱਕ ਕਰਾ ਰਿਹਾ ਸੀਗਾ, ਸ਼ੋਅ 'ਤੇ ਹੀ ਸੀਗਾ ਮੈਂ ਪਲੇ ਕਰ, ਐਵੇਂ ਹੀ ਬੈਠਾ ਹੋਇਆ, ਅਤੇ ਕੋਈ ਮੇਰੇ ਕੋਲ ਆਏ ਮੈਮ, ਕਹਿੰਦੇ ਮੈਂ ਫੋਟੋ ਕਰਨੀ ਹੈ, ਅਤੇ ਮੈਂ ਕਿਹਾ ਠੀਕ ਹੈ ਮੈਮ ਕਰ ਲਾਂ, 2 ਮਿੰਟ ਮੈਂ ਗਾ ਰਿਹਾ। ਉਹਨਾਂ ਨੇ ਮੈਨੂੰ ਇੱਥੋਂ ਫੜਿਆ, ਮਤਲਬ ਥੱਲੇ ਸੀਗੇ ਮੇਰੇ ਤੋਂ, ਮੈਂ ਪਰਫੋਰਮ ਕਰ ਰਿਹਾ ਸੀਗਾ, ਵੱਡੇ ਸੀ ਉਮਰ 'ਚ ਮੇਰੇ ਤੋਂ, ਅਤੇ ਮੈਂ ਥੱਲੇ, ਕਹਿੰਦੇ ਤੂੰ, ਉਹਨਾਂ ਦੀਆਂ ਬੇਟੀਆਂ ਸੀਗੀਆਂ ਰਾਈਟ 'ਤੇ ਵੀ ਲੈਫਟ 'ਤੇ ਵੀ, ਕਹਿੰਦੇ ਇਹ ਦੋਨੋਂ ਮੇਰੀ ਬੇਟੀਆਂ। ਮੈਂ ਕਿਹਾ ਉਹਨਾਂ ਵੱਲ ਦੇਖ ਕੇ ਮੈਂ ਹੈਲੋ ਕਰਤੀ ਗਾਉਂਦੇ ਗਾਉਂਦੇ ਨੇ, ਅਤੇ ਕਹਿੰਦੇ ਬਟ ਆਈ ਲਵ ਯੂ। ਬੜਾ ਮੈਨੂੰ ਨਾ ਹੁਣ ਮੈਂ ਕੀ ਲੈਂਦਾ ਉਸ ਗੱਲ ਨੂੰ, ਮੈਨੂੰ ਬੜਾ ਵਧੀਆ ਲੱਗਿਆ। ਮੈਂ ਕਿਹਾ ਮੈਮ ਥੈਂਕ ਯੂ ਸੋ ਮੱਚ, ਮੈਨੂੰ ਬੜੀ ਸਵੀਟ ਜਿਹਾ ਜੈਸਚਰ ਸੀਗਾ, ਮਤਲਬ ਉਹਨਾਂ ਨੇ ਕਿਸੇ ਗਲਤ ਤਰੀਕੇ ਨਾਲ ਨਹੀਂ, ਉਹਨਾਂ ਨੇ ਇੰਨੇ ਕੁ ਮੈਨੂੰ ਪਿਆਰੇ ਢੰਗ ਨਾਲ ਬੋਲਿਆ ਕਿ ਮੈਂ ਹੱਸੀ ਗਿਆ ਬਾਅਦ 'ਚ। ਮੈਂ ਕਿਹਾ ਅਜੇ ਹੋਇਆ ਕਿ ਆਪਣੇ ਨਾਲ, ਹੋਏ ਤਾਂ ਹੋਰ ਵੀ ਇੰਸੀਡੈਂਟਸ ਨੇ, ਬਟ ਉਹ ਮੈਨੂੰ ਸਭ ਤੋਂ ਸਵੀਟ ਲੱਗਦਾ।